ਅਮਰਪਾਲ ਸਿੰਘ ਵਾਲੇ ਵਰਤਾਰੇ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਇਹ ਸਰਕਾਰ ਨੂੰ ਲੈ ਕੇ ਸ੍ਰੀ ਕਲਤਕ ਸਾਬ ਦੇ ਜਥੇਦਾਰ ਨੇ ਇੱਕ ਬਿਆਨ ਦਿੱਤਾ ਸੀ ਕਿ ਜੋ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਰਸਤੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਰਹਾ ਕੀਤਾ ਜਾਵੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਬੜਾ ਤਿੱਖਾ ਟਵੀਟ ਆਇਆ ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ ਹੁਣ ਗੱਲ ਕਰਾਂਗੇ ਡਾਕਟਰ ਦਿਲਜੀਤ ਸਿੰਘ ਚੀਮਾ ਨਾਲ ਕਿ ਅਕਾਲੀ ਦਲ ਇਸ ਮਸਲੇ ਤੇ ਕੀ ਸਟੈਂਡ ਲੈ ਰਿਹਾ ਤੇ ਕੀ ਸੋਚਦਾ ਜਿਵੇਂ ਸਾਹਿਬ ਦਾ ਜੋ ਟਵੀਟ ਜੰਗ ਚੱਲੀ ਕੀ ਕਹਿਣਾ ਹੈ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਕਾਰਤਿਕ ਸਾਹਿਬ ਤੇ ਜਹਦਰ ਸਾਹਿਬ ਬਾਰੇ ਵਰਤੀ ਹੈ ਉਹ ਕੋਈ ਸੋਚ ਵੀ ਨਹੀਂ ਸਕਦਾ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਇਸ ਤਰ੍ਹਾਂ ਦੀ ਵੱਡਾ ਬੱਜਰ ਗਣਾ ਕਰ ਸਕਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤਾਂ ਚਾਹੀਦਾ ਸੀ ਕਿ ਜਿਹੜੇ ਉੱਥੇ ਗੱਲਾਂ ਉੱਟੀਆਂ ਮੀਟਿੰਗ ਦੇ ਵਿੱਚ ਔਰ ਜੋ ਇਸ਼ੂ ਸਿੰਘ ਸਾਹਿਬ ਨੇ ਸਰਕਾਰ ਦੇ ਸਾਹਮਣੇ ਰੱਖੇ ਤੇ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਉਹਨਾਂ ਦੀ ਤਸਦੀਕ ਕਰਾਉਂਦੇ ਔਰ ਜਿਹੜੇ ਇਨੋਸੈਂਟ ਨੌਜਵਾਨ ਹੈ ਉਹਨਾਂ ਦੇ ਰੀਲੀਸ ਕਰਨ ਦੇ ਆਰਡਰ ਕਰਦੇ ਪਰ ਇਸ ਤਰ੍ਹਾਂ ਦਾ ਜਿਹੜਾ ਬਰਤਾਰਾ ਹੈ ਬਹੁਤ ਵੱਧ ਪਗ ਪਰ ਕਈ ਰਿਹਾਈ ਵੀ ਕੀਤੀ ਨੇ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਅਲਟੀਮੇਟਮ ਦਿਨਿਆ 24 ਘੰਟੇ ਉਦੋਂ ਰਹੀ ਹੀ ਹੋਣੀ ਸ਼ੁਰੂ ਹੋ ਗਈ ਦੇਖੋ ਅਲਟੀਮੇਟਮ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਵੀ ਕੋਈ ਗੈਰ ਕਾਨੂੰਨੀ ਹਿਰਾਸਤਾ ਹੁੰਦੀ ਹੈ ਦਰਦੋਸ਼ ਬੰਦੇ ਫੜੇ ਜਾਂਦੇ ਆ ਤੇ ਪੰਚਾਇਤਾਂ ਤੋਂ ਲੈ ਕੇ ਸਾਰੀਆਂ ਪਾਰਟੀਆਂ ਤੱਕ ਸਾਰੇ ਪ੍ਰੋਟੈਸਟ ਕਰਦੇ ਐ ਅਲਟੀਮੇਟਮ ਦਿੰਦੇ ਮੁਲਾਜ਼ਮ ਸਰਕਾਰ ਨੂੰ ਮੰਗਾ ਬਣਾਉਣ ਵਾਸਤੇ ਆਪਣੇ ਅਲਟੀਮੇਟਮ ਦਿੰਦੇ ਇਸ ਕਰਕੇ ਅਲਟੀਮੇਟਮ ਦੇਣਾ ਕੋਈ ਗਣਾ ਨਹੀਂ ਹੈ ਉਹ ਤੁਹਾਨੂੰ ਜਿਹੜਾ ਅਵੇਅਰ ਕਰ ਰਿਹਾ ਹੈ ਕਿ ਵੱਡੀ ਸਮੱਸਿਆ ਇੱਤੇ ਤੁਰੰਤ ਧਿਆਨ ਦਿਓ ਤੁਸੀਂ ਉਹਨਾਂ ਦੀ ਤਸੱਲੀ ਕਰੋ ਨਾ ਕਿ ਇਹ ਤਰੀਕਾ ਹੈ ਕਿ ਜਿਸ ਤਰ੍ਹਾਂ ਦੀ ਮੰਦੀ ਸ਼ਬਦਾਵਲੀ ਵਰਤ ਕੇ ਤੁਸੀਂ ਸਿੰਘ ਸਾਹਿਬ ਨੂੰ ਸੰਬੋਧਨ ਕਰੋ ਇਹਦੇ ਨਾਲ ਤਾਂ ਸਾਰੀ ਸਿਕ ਕੌਮ ਜਿੱਥੇ ਵੀ ਕੋਈ ਸਿਕ ਬਿਠਾ ਉਦੇ ਹਰਦੇ ਬੁਲੰਦਰੇ ਗਏ ਆ ਕਿ ਤੇ ਆ ਸਤਕਾਰ ਹੈ ਸਰਕਾਰ ਦੇ ਮਨ ਦੇ ਵਿੱਚ ਸਾਡੇ ਟੈਕਸ ਬਣ ਪ੍ਰਤੀ ਇਸ ਸਰਕਾਰ ਤੋਂ ਹੋਰ ਲੋਕਾਂ ਨੂੰ ਕੀ ਕਰਨਾ ਪਰ ਚਿੰਮਨ ਸਾਹਿਬ ਜਿਸ ਤਰ੍ਹਾਂ ਪੰਜਾਬ ਦਾ ਇਮੇਜ ਜਿਹੜਾ ਬਾਹਰ ਵਿਦੇਸ਼ਾਂ ਚ ਬਾਕੀ ਸੂਬਿਆਂ ਦੇ ਵਿੱਚ ਖਰਾਬ ਹੋ ਰਿਹਾ ਤੇ ਨਾਲ ਸਿੱਖਾਂ ਬਾਰੇ ਇਦਾਂ ਬਣ ਗਿਆ ਕਿ ਇਹ ਤਾਂ ਬੜੇ ਖਤਰਨਾਕ ਬੰਦੇ ਨੇ ਉਹ ਵੀ ਕੋਈ ਤੁਸੀਂ ਸਮਝਦੇ ਹੋ ਕਿ ਪੰਜਾਬ ਨੂੰ ਪੰਜਾਬੀ ਹੱਥ ਨੂੰ ਕੋਈ ਨੁਕਸਾਨ ਹੋਇਆ ਇਹੀ ਤਾਂ ਅਸੀਂ ਕੱਲ ਵੀ ਜਿਹੜੀ ਪ੍ਰੈਸ ਕਾਨਫਰੰਸੀ ਪਰ ਸੋਚਿਆ ਸੀ ਨਾ ਕਿ ਪੋਲਰਾਈਜੇਸ਼ਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਬਿਨਾ ਮਤਕ ਤੋਂ ਹਵਾ ਖੜਾ ਕਰਕੇ ਫੋਰਸ ਲਗਾ ਕੇ ਪੈਰਾਮਿਲੀ ਫੋਰਸ ਲਗਾ ਕੇ ਪਾਈ ਤਾਂ ਸੀ ਪੁੱਛਿਆ ਸੀ ਵੀ ਆਪਰੇਸ਼ਨ ਚੋਂ ਨਿਕਲਿਆ ਕੀ ਹੈ ਸਿਰਫ ਦੇਸ਼ ਦੇ ਵਿੱਚ ਸਾਡਾ ਅਕਸ ਖਰਾਬ ਕਰਕੇ ਤੇ ਉੱਥੇ ਵੋਟਾਂ ਵਟੋਲਨੀ ਇਹ ਕੇਜਰੀਅਲ ਦੀ ਜਿਹੜੀ ਹੈ ਨਵੀਂ ਰਾਜਨੀਤੀ ਹੈ ਕਿਉਂਕਿ ਉਹਨੂੰ ਪ੍ਰਧਾਨ ਮੰਤਰੀ ਬਣਦਾ ਸ਼ੌਕ ਚੜਿਆ ਪਰ ਮੈਂ ਸਮਝਦਾ ਕਿ ਪੰਜਾਬ ਦੀ ਜਨਤਾ ਸੂਝਵਾਨ ਹੈ ਇੱਥੇ ਅਮਨ ਸ਼ਾਂਤੀ ਵੀ ਕਾਇਮ ਰਹੇਗਾ ਤੇ ਭਾਈਚਾਰਕ ਸਾਜ ਵੀ ਕਾਇਮ ਰਹੇਗੀ ਔਰ ਇਹਨਾਂ ਦੇ ਜਿਹੜੇ ਇਹ ਮਨਸੂਬੇ ਨੇ ਇਸ ਤਰੀਕੇ ਦੇ ਸੁਭੇ ਨੂੰ ਬਦਾਮ ਕਰਨਗੇ ਇਹਨਾਂ ਨੂੰ ਵੀ ਲੋਕੀ ਜਿਹੜੀ ਹੈ ਬੁਰੀ ਤਰ੍ਹਾਂ ਰੋਕਦੇ ਪਰਾਂ ਨੂੰ ਕੀ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਬੀਜੇਪੀ ਦਾ ਇਹ ਏਜੰਡਾ ਹੋਵੇ ਕਿ Hindu ਕੱਟੜ ਵੋਟ ਆਪਣੇ ਨਾਲ ਜੋੜਨ ਦਾ ਇੱਕ ਵਧੀਆ ਮੌਕਾ ਹੈ ਤੁਸੀਂ ਕਹਿੰਦੇ ਹੋ ਕਿ ਕੇਜਰੀਵਾਲ ਦੇ ਕੱਲੇ ਦਾ ਨਹੀਂ ਕੇਜਰੀਵਾਲ ਆਪ ਮੰਨਦੇ ਕਿ ਅਸੀਂ ਕੇਂਦਰ ਸਰਕਾਰ ਦੀ ਮਤ ਲਈ ਆ ਕੇਂਦਰ ਸਰਕਾਰ ਦੀਆਂ ਪਰਮਿਟਰੀ ਫੋਰਸਾਂ ਲੱਗੇ ਹੋਈਆਂ ਨਾਲ ਹੀ ਹੈ ਕੋਈ ਸ਼ੱਕ ਨਹੀਂ ਜਿਵੇਂ ਚੋਣ ਦਾ ਵੀ ਜਿਹੜਾ ਐਲਾਨ ਹੋ ਚੁੱਕਿਆ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਚੋਣ ਮੁਕਾਬਲਾ ਕਿਹੜੀਆਂ ਤਿਹਾਂ ਚ ਹੋਣ ਦੀ ਸੁਭਾਵ ਹੈ ਦੇਖੋ ਅਸੀਂ ਤੇ ਆਲਰੇਡੀ ਸਾਡਾ ਭਾਈਵਲ ਪਾਰਟੀ ਭੋਜਨ ਸਮਾਜ ਪਾਰਟੀ ਗਰਾਊਂਡ ਦੇ ਉੱਤੇ ਅਸੀਂ ਲਗਾਤਾਰ ਪਿਛਲੇ ਦਿਨ ਤੋਂ ਮੀਟਿੰਗ ਕਰ ਰਹੇ ਇਸ ਕਰਕੇ ਹੁਣ ਇਲੈਕਸ਼ਨ ਅਨਾਉਂਸ ਹੋ ਗਈ ਚੰਗਾ ਹੋ ਗਿਆ ਹੁਣ ਯੋਜਨਾਬੱਧ ਤਰੀਕੇ ਦੇ ਨਾਲ ਦੋਵੇਂ ਪਾਰਟੀਆਂ ਮੀਟਿੰਗ ਕਰਕੇ ਤੇ ਡਿਊਟੀਆਂ ਲਗਾ ਕੇ ਤਗੜੇ ਹੋ ਕੇ ਅਸੀਂ ਇਲੈਕਸ਼ਨ ਜਿਹੜੀ ਹੈ ਇਹਦਾ ਇੱਕ ਬੀਜੇਪੀ ਇੱਕ ਹੋਰ ਏਜੰਡੇ ਤੇ ਚੱਲਦੀ ਹੈ ਜਿਹੜਾ ਕੋਈ বিজেਪੀ ਦੇ ਪੱਖ 'ਚ ਕੋਈ ਲੱਗਦਾ ਕੋਈ ਗੱਲ ਕਰਦਾ ਉਹਨਾਂ ਨੂੰ ਤਰਕੀਆਂ ਬਖਸ਼ੀਆਂ ਦਿੱਤੀਆਂ ਜਾਂਦੀਆਂ ਉਹਦੇ ਬਖਸ਼ੇ ਜਾਂਦੇ ਨੇ ਜਿਸ ਜੱਜ ਨੇ ਰੋਹਲ ਗਾਂਧੀ ਨੂੰ ਸਜ਼ਾ ਸੁਣਾਈ ਹੈ ਉਹਦੀ ਵੀ ਤਰੱਕੀ ਕਰ ਦਿੱਤੀ ਗਈ ਹੈ ਚਲੋ ਇਹ ਦੇਸ਼ ਸਾਰਾ ਦੇਖ ਰਿਹਾ ਕਿਉਂਕਿ ਜਿਸ ਤਰੀਕੇ ਜਿਹੜੀਆਂ ਜਿੰਨੀਆਂ ਵੀ ਦੇਸ਼ ਦੀਆਂ ਸਾਡੀਆਂ ਸੰਵਧਾਨਕ ਸੰਸਥਾਵਾਂ ਨੇ ਉਹਨਾਂ ਨੂੰ ਵਰਤਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਨਾ ਤਾਂ ਦੇਸ਼ ਦੇ ਹਿੱਤ ਦੇ ਵਿੱਚ ਆ ਨਾ ਕਿਸੇ ਪਾਰਟੀ ਦੇ ਜਿਹੜੀ ਵੀ ਸਰਕਾਰ ਕੇਂਦਰ ਚ ਆਉਂਦੀ ਹੈ ਉਹ ਚਾਹੁੰਦਾ ਹੈ ਕਿ ਸੰਸਥਾਵਾਂ ਨੂੰ ਮਜ਼ਬੂਤ ਕਰੇ ਪਰ ਹੁਣ ਕੋਸ਼ਿਸ਼ ਹੁੰਦੀ ਹੈ ਲਗਾਤਾਰ ਕਿ ਕਿਸੇ ਨੇ ਕਿਸੇ ਦਾਲਚ ਦੇ ਰਹੀ ਸੰਸਥਾਵਾਂ ਨੂੰ ਪ੍ਰਭਾਵਿਤ ਕੀਤਾ ਕਿ ਨਾ ਤੁਸੀਂ ਦੇਸ਼ ਨੂੰ ਕਮਜ਼ੋਰ ਕਰਨਾ ਨਹੀਂ ਕਦਾਂ ਤੁਸੀਂ ਸਮਝੋ ਕਿ ਬਾਕੀ ਪੰਜਾਬ ਦੇ ਵਿੱਚ ਉਸ ਕਿਸਮ ਦੀ ਖਾੜਕੂਗਵਾਦੀ ਲਹਿਰ ਜਾ ਅਤਵਾਦਵਾਦਾਰੇ ਪੈਦਾ ਹੋਇਆਗਾ ਜਿਸ ਤਰ੍ਹਾਂ ਦਾ ਮਾਹੌਲ ਪਿਛਲੇ 10 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ ਦੇਖੋ ਕੋਸ਼ਾ ਤਾਂ ਸਰਕਾਰ ਦੀਆਂ ਬੜੀ ਜ਼ੋਰ ਨਾਲ ਹੋ ਰਹੀਆਂ ਪਰ ਲੋਕੀ ਪੰਜਾਬ ਦੇ ਸਾਡੇ ਬਹੁਤ ਸਿਆਣੇ ਲੋਕਾਂ ਨੇ ਬਹੁਤ ਸੰਤਾਪ ਹੰਡਾਇਆ ਪੁਰਾਣੇ ਹਾਲਾਤਾਂ ਦੇ ਵਿੱਚੋਂ ਲੋਕੀ ਨਿਕਲੇ ਆ ਸਮੇਂਦਾਰ ਇਸ ਕਰਕੇ ਲੋਕੀ ਸਰਕਾਰਾਂ ਦੀਆਂ ਇਹਨਾਂ ਚਾਲਾਂ ਨੂੰ ਫੇਲ ਕਰ ਦੇ। ਤੇ ਨਜ਼ਾਇਜ਼ ਗ੍ਰਿਫਤਾਰੀਆਂ ਬਾਰੇ ਕੋਈ ਅਕਾਲੀ ਦਲ ਵੀ ਇਸ ਮਰਛ ਦਾ ਪ੍ਰੋਗਰਾਮ ਉਲੀਕੇਗਾ। ਨਹੀਂ ਅਸੀਂ ਹਕਾਕਤ ਸਰਬ ਦੇ ਨਾਲ ਜੋ ਹੁਕਮ ਕਰਨਗੇ। ਅਸੀਂ ਸਭ ਤੋਂ ਅੱਗੇ ਹੋ ਕੇ ਡਿਊਟੀ ਦਿਆਂ। ਠੀਕ ਹੈ। ਸੋ ਇਸ ਹਨ ਡਾਕਟਰ ਦਿਲਜੀਤ ਸਿੰਘ ਟੀਮਾ ਜੋ ਸ਼੍ਰੋਮਣੀ ਕਾਲੀ ਦਲ ਦੇ ਸਨੀਅਰ ਅਗੂ ਨੇ ਇਹਨਾਂ ਨੇ ਸਪਸ਼ਟ ਕਰਕੇ ਪੰਜਾਬ ਦਾ ਮਾਹੌਲ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਪਰ ਪੰਜਾਬੀ ਸਭ ਜਾਣਦੇ ਨੇ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦਾ ਮਾਹੌਲ ਵੀ ਖਰਾਬ ਨਹੀਂ ਹੋਏਗਾ। ਸੋ ਦੇਖਦੇ ਹਾਂ ਆਉਣ ਵਾਲੇ 1-2 ਦਿਨਾਂ ਦੌਰਾਨ ਪੰਜਾਬ ਦਾ ਮਾਹੌਲ ਹੋਰ ਕਿਸ ਤਰ੍ਹਾਂ ਦਾ ਨਜ਼ਰ ਆਏਗਾ ਕੈਮਰਾਮੈਨ ਅਜੀਦ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ